ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਾਟੀ ਪਿੰਡ ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਵੈੜ ਤੁਹਾਨੂੰ ਦਿਖਾਉਣੀ ਆ, ਸੂਈ ਸਵਾਈ ਦਿਖਾਉਣੀ ਜੀ। ਅਤੇ ਮਗਰ ਵੱਛੀ ਬੜੀ ਪਿਆਰੀ ਆ, ਕਾਫੀ ਚੰਗੇ ਟੀਕੇ ਦੀ ਵੱਛੀ ਆ ਜਿਹੜੀ, ਮਗਰ ਆਹ ਦੇਖ ਸਕਦੇ ਜੀ, ਨਾੜੂ ਬਿਲਕੁਲ ਨਾਲ ਹਲੇ ਤਾਜ਼ਾ ਹੀ ਆ। ਅਤੇ ਕਾਫੀ ਖੂਬਸੂਰਤ ਜੀ ਜਿਹੜੀ ਆ ਤੁਹਾਨੂੰ ਦਿਖਾਵਾਂਗੇ। ਆਹ ਦੇਖ ਸਕਦੇ ਥਣ ਥੁਣ ਇਹਦੇ ਲਾਗੇ ਤਾਂ। ਗੱਲਬਾਤ ਹੁਣ ਆਪਾਂ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵੀਰ ਜੀ, ਵਧੀਆ। ਚਲੋ ਵਧੀਆ ਚਾਹੀਦਾ ਜੀ। ਅੱਜ ਕਿੱਥੋਂ ਲੱਭ ਲਿਆਂਦੀ ਜੀ? ਮੇਰੀ ਗਈ ਹੈ ਜੀ ਤਰ੍ਹਾਂ ਤਰ੍ਹਾਂ ਦੀ। ਬਾਕੀ ਕਮਾਲ ਦੀ ਗੱਲ ਇਹ ਹੈ ਕਿ ਮਗਰ ਵੱਛੀ ਬੜੀ ਕਮਾਲ ਦੀ। 2000 ਰੁਪਏ ਦੀ ਬੜੀ ਵਧੀਆ ਜੀ। ਹਾਂ ਦੇਖ ਸਕਦੇ। ਚਲੋ ਨਾਮ ਦੱਸ ਦਿਓ ਕਰੀ ਆਪਣਾ। ਨਾਮ ਵੀਰ ਜੀ ਮੇਰਾ ਜਿੰਦਾ ਜੀ। ਹਾਂਜੀ। ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ, ਜ਼ਿਲ੍ਹਾ ਵੀ ਅੰਮ੍ਰਿਤਸਰ। ਸ਼ਹਿਰ ਦੇ ਨਾਲ ਹੀ ਆ ਬਿਲਕੁਲ ਨਾ ਆਪਣਾ। ਹਾਂ ਜੀ, ਨਾਲ ਹੀ ਪੈਂਦਾ 5 ਕਿਲੋਮੀਟਰ ਆਪਣਾ ਘਰ ਤੋਂ ਪੈਂਦਾ। ਆ ਜਿਹੜਾ ਨਾਲ ਹੀ ਆਪਣੇ ਚਾਟੀ ਪਿੰਡ ਵਾਲਾ ਜਿਹੜਾ ਨਵਾਂ ਪੁਲ ਬਣਿਆ ਵਾ ਉਹਦੇ ਨਾਲ ਹੀ। ਲੱਗੇ ਹਾਂਜੀ ਹਾਂਜੀ। ਠੀਕ ਹੈ। ਤੇ ਫੋਨ ਨੰਬਰ ਬੋਲ ਦੇ ਫੋਨ ਨੰਬਰ 9947394। ਠੀਕ ਹੈ ਜੀ। ਤੇ ਆ ਦੇਖ ਸਕਦੇ ਜੀ, ਸੂਆ ਕਿਨਵਾ ਚ ਫਿੱਤੀ ਇਹਦਾ? ਸੂਆ ਤੀਜਾ ਹੈ। ਤੀਸਰਾ ਸੂਆ ਆ। ਕਿੰਨਾ ਕੁ ਚਿਰ ਹੋਇਆ ਸੂਈ ਨੂੰ? ਕੱਲ ਦੀ ਸੂਈ ਜੀ, ਸ਼ਾਮ ਦੀ। ਅੱਛਾ, ਕੱਲ ਦੀ ਸੂਈ ਆ। ਤਾਂ ਅਜੇ ਤੇ ਬੋਲਾ ਹੀ ਹੋਣਾ ਫਿਰ ਇਹਦੇ ਕੋਲ। ਬੋਲਾ ਜੀ ਸਾਫ ਨਹੀਂ ਕੀਤੀ, ਬੋਲਾ 16 ਕਿਲੋ ਹੋਵੇ। ਅੱਛਾ, ਅੱਜ 16 ਕਿਲੋ ਦੋ ਜਿਹੜਾ ਹੋਊਗਾ ਮੌਕੇ ਦਾ ਦੇਣਾ ਇੱਥੇ ਵੀ ਜੀ। ਠੀਕ ਆ। ਤੇ ਉਤਰਾ ਕਿੰਨਾ ਕੁ ਦੁੱਧ ਚਵਾਈ ਜਾਊਗੀ? ਘਰ ਵਾਲੇ ਦਿੰਦੇ 25-26 ਕਿਲੋ ਦੁੱਧ ਦਿੰਦੇ। ਅੱਛਾ, 25-26 ਤੱਕ ਜਾ ਸਕਦੀ ਹੈ। ਹਾਂਜੀ। ਤੇ ਵੱਛੀ ਪਤਾ ਦੱਸੀ ਉਹਨਾਂ ਕਿਹੜੇ ਟੀਕੇ ਦੀ? ਵੱਛੀ ਜੀ ਦੱਸੀ। ਪਰ ਵੱਛੀ ਚਲੋ ਵੇਖਣ ਦੇ ਪਤਾ ਲੱਗਦਾ ਵਾ ਕਿ ਵੱਛੀ ਹੈਗੀ ਕਿ ਚੰਗੇ ਟੀਕੇ ਦੀ। ਦੂਜਾ ਦੇਣੇ ਆ। ਹਾਂਜੀ। ਆਹ ਦੇਖ ਸਕਦੇ ਵੱਛੀ ਦੀ ਹਾਈਟ ਲੈਂਥ ਹੁਣ ਤੋਂ ਹੀ ਕਾਫੀ ਚੰਗੀ ਆ। ਹਾਂਜੀ। ਤੇ ਨਾੜੂ ਜਿਹੜਾ ਨਾਲ ਆਪਾਂ ਦੇਖ ਸਕਦੇ ਹਲੇ ਤਾਜ਼ਾ ਹੀ ਆ। ਕਾਫੀ ਪਿਆਰੀ ਵੱਛੀ ਆ, ਜਿਹੜਾ ਕੋਈ ਵੀਰ ਇੱਥੇ ਆਊਗਾ ਪਸੰਦ ਆਊਗੀ ਇੱਕ ਵਾਰੀ ਵੱਛੀ ਵੀ। ਤੇ ਲਿਆ ਵੀਰ ਜੀ, ਤੋਰ ਦਿਓ ਇੱਕ ਵਾਰੀ ਇਹਨੂੰ। ਬਾਕੀ ਥਣ ਜਿਹੜਾ ਬੜਾ ਪਿਆਰਾ ਵਾ ਇਹਦਾ। ਥਣ ਬਹੁਤ ਵਧੀਆ ਕੁਆਲਿਟੀ ਆ। ਠੀਕ ਹੈ ਜੀ। ਪਹਿਲਾ ਸਿੰਘ ਵਾਲੀ ਵੱਛੀ ਵੇਚੀ ਸੀ ਨਾ, ਉਹਦੀ ਵੀ ਪੋਟਾ ਪੋਟਾ ਸੀ ਤੇ ਇਹਦੀ ਵੀ ਪੋਟਾ ਪੋਟਾ ਸੀ। ਬਾਕੀ ਸੂਈ ਸਵਾਈ ਆ। ਸਾਰੇ ਵੀਰਾਂ ਨੂੰ ਬੇਨਤੀ ਇਹੀ ਆ ਕਿ ਇੱਥੇ ਆਪਣੀ ਚਵਾਈ ਕਰਕੇ ਖੜੋ, ਜਿਹੜਾ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਫਿਰ ਜਿਹੜਾ ਪਤਾ ਲੱਗ ਜਾਂਦਾ। ਆ ਜਾ ਲੈ ਵੀਰ ਜੀ ਫਿਰ। ਬਾਕੀ ਕੋਈ ਵੀਰ ਇੱਥੇ ਆ ਕੇ ਵੇਖੇ ਕਦ ਕੁੱਦ ਦਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ। ਹਾਂ ਵੀਰ ਜੀ, ਥਾਣਾ ਵੇਖੋ। ਹਾਂ ਦੇਖ ਸਕਦੇ ਜੀ, ਉੜਦੀ ਮਿੱਟੀ ਕਿ ਨਹੀਂ। ਹਾਂ ਦੇਖ ਸਕਦੇ। ਇੱਕ ਵਾਰੀ ਵੀਰ ਜੀ ਫੁਲਕਾਰੀ ਲਾ ਦਈਏ ਚੰਗੀ ਤਰ੍ਹਾਂ, ਪ੍ਰਿੰਟ ਜਿਹੜਾ ਪੂਰਾ ਵੇਖ ਜੂਗਾ। ਲੈ ਜਾਓ ਇੱਕ ਵਾਰੀ ਅੰਦਰ। ਹਾਂ ਦੇਖ ਸਕਦੇ ਜੀ, ਪੂਰੇ ਸਾਫ ਪ੍ਰਿੰਟ ਦੀ ਆ ਜਿਹੜੀ। ਇੱਕ ਵਾਰੀ ਵੱਛੀ ਫਿਰ ਤਾਂ ਵੇਖ ਸਕਦੇ ਜੀ ਇਹਦੀ। ਬਾਕੀ ਜਿਹੜਾ ਕੋਈ ਵੀਰ ਸਾਂਭਣ ਵਾਲਾ ਲੈ ਜੂਗਾ ਤੇ ਵੱਛੀ ਵੀ ਜਿਹੜੀ ਜਲਦੀ ਤਿਆਰ ਹੋ ਜੂਗੀ। ਤੇ ਥਣ ਥੁਣ ਵੀਰ ਜੀ ਓਕੇ ਜੇ ਸਾਰੇ? ਚਲੋ ਦਿਖਾ ਦਈਏ ਫਿਰ ਇੱਕ ਵਾਰੀ ਚੰਗੀ ਤਰ੍ਹਾਂ, ਬੱਚਾ ਲਾ ਕੇ ਇੱਕ ਵਾਰੀ ਵਿਖਾ ਦਿੰਦੇ। ਹਾਂ ਦੇਖ ਸਕਦੇ, ਥਾਣੇ ਦੇ ਲਾਗੇ ਤੋਂ ਇੱਕ ਵਾਰੀ ਚੰਗੀ ਤਰ੍ਹਾਂ ਦਿਖਾਈਏ ਫਿਰ ਜੀ ਚਵਾ ਫਿਰ ਇਹਦਾ। ਹਾਂ ਦੇਖ ਸਕਦੇ, ਬਿਲਕੁਲ ਸਾਫ ਚਵਾਈ ਆ, ਕੋਈ ਭੂਰ ਛੱਟਾ ਨਹੀਂ ਆਪੀ ਜੀ ਹੈਗੀ, ਜਿਹੜੀ ਬਿਲਕੁਲ ਠੰਡੀ ਧੀਰੀ ਆ। ਹਾਂ ਦੇਖ ਸਕਦੇ ਜੀ,
ਬਾਕੀ ਜਿਹਨੂੰ ਜਾਂਚ ਨਹੀਂ ਵੀ ਆ ਉਹ ਵੀ ਜਾਂਚ ਸਿੱਖ ਸਕਦਾ ਇਹੋ ਜਿਹੀ ਗਾਵਾਂ ਜਿਹੜੀ ਆ ਤੇ ਕੀ ਫਿਰ ਮੁੱਲ ਰੱਖਣਾ ਵੀਰ ਜੀ ਇਹਦਾ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਕੋਈ ਫੋਨ ਕਰਕੇ ਪੁੱਛ ਲੈਣਾ ਬਹੁਤਾ ਜ਼ਿਆਦਾ ਤਾਂ ਨਹੀਂ ਕਰਨਾ ਤੇ ਉਸ ਤਰ੍ਹਾਂ ਥਣ ਥੁਣ ਸਾਰੇ ਪੂਰੇ ਆ ਕਿ ਇਹ ਬਾਕੀ ਇਹ ਕਿ ਸੂਈ ਸਵਾਈ ਆ ਹਾਂਜੀ ਆਪਣੀ ਕੋਈ ਚਵਾਈ ਕਰਕੇ ਖੜੇ ਹਨਾ ਆਪਣੀ ਤਸੱਲੀ ਕਰਕੇ ਖੜੇ ਤੁਹਾਡੇ ਘਰੇ ਬੱਜੀ ਆ ਤੇ ਅਗਲੇ ਦਾ ਫਰਜ਼ ਬਣਦਾ ਇੱਥੇ ਆ ਕੇ ਵੇਚ ਚੱਕ ਕੇ ਖੜਨ ਦਾ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਹ ਦੇਖ ਸਕਦੇ ਜੀ ਸੂਈ ਸਵਾਈ ਆ ਆਪਣੀ ਸਮਝ ਤੇ ਆਪਣੀ ਜ਼ਿੰਮੇਦਾਰੀ ਤੇ ਵੇਚ ਚੱਕ ਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।